यार मैं कर लूं जब बेचती है सारी ये मारे कमरे ला लिए साहब अगे सर्दियों में ना मारता सीगा बड़ा औखे नूं बन के जांदा सी मैं जल्दी करो जल्दी शाबाश उतरा मेरा तो मामू क्या मनोए नहीं मामू चार सौ की वेल तो पांच सौ तेरे वाले की वेल पांच सौ तो कटिंग कराने गए हुए उसे जाके ना राजे कहते भी ना साढ़े ना लीक मार दे सैडा से वह फोन आ गया मैं कहना मैं न्याणे तेरे आए तो कहते साढ़े ना सैडा से लीक मार दे। अस्सलाम वालेकुम की हाल है मेरे वीर उम्मीद करते हैं सारे वधिया हो गए स्टार्ट करते हैं अज का नवा ब्लॉग तुम्हें पता भी एक दो दिन रह गया बकराईद के बकराईद के गोश्त पकाने वास्ते ना बालन जरा ना बहुत जरूरी है तो बालन साडा मुकया हुआ वा आर वाले करते हैं फोन बालन चराना वा जे गोश्त वड्डा होवे ना तो बालन भी वो वास्ते वड्डा चाहिए फिर उन्होंने पुछदे हैं टाइम दिंदा जिदा या की कहिंदा वा क्योंकि बड़ा रश हुंदा अजकल उन्होंने कोल भी। अस्सलाम वालेकुम अच्छा नसर तू किथे बालन चराना सीगा वेला ही अच्छा की रेट है चराई का 150 रुपया चल चल ठीक आंदे पे साढ़े नाल जुड़े रहो जी साड़ी होर रूटीन होएगी अज की सारी थोड़े नाल शेयर करांगे। आ गया हाँ किधर चलो भाई जान बालन चरान जे दा गोश्त खाना उन पट्टे तो पाने पहले आ गए तार ते जोड़ तार जोड़ दिंदे चला खा ढकना रख के जाने यार चप्पी जी फुरवा दे यार मैं कर लूं जब बेचती है सारी पता चला है तो
ਬ੍ਰੇਕਰ ਸੜਿਆ ਹੋਇਆ ਆ ਦੇ ਮੈਂ ਪਤਾ ਲਾਦਾ ਹੱਦ ਉਹ ਤੇ ਰੋ ਜਦ ਤੈ ਪਤਾ ਹੈਗਾ ਸੜਿਆ ਬੜਾ ਪੁਰਾਣਾ ਹੋਇਆ ਕੰਮ ਹੁਣ ਛੱਡਿਆ ਉਹ ਖੜਾ ਸਾਡਾ ਬੱਚਾ ਜਿਹਦੀ ਕਰਨੀ ਸੀ ਕੁਰਬਾਨੀ ਇੱਥੇ ਹੀ ਪਾਣੇ ਆ पता लगा अज कल के दौर में जिंदगी मौत का पता कोई किस टाइम मौत आ जा अगे सर्दियों में मारता सी बड़ा औखे नूं बन के जांदा सी मैं चला चली समझ आ गई है यार नहीं ये देखे हमने लकड़ियां उतार ली है जल्दी कर जल्दी शाबाश
ਉਤਰਾ ਮੇਰਾ ਯੋ ਮਾਮੂ ਆ ਤਾਂ ਪੇ ਤੇ ਤੂੰ ਮਾਮੂ ਕਿਆ ਮਨੋਏ ਹੈ ਨਹੀਂ ਮਾਮੂ ਚਾਰ ਸੌ ਦੀ ਵੇਲ ਤੇ ਪੰਜ ਸੌ ਤੇਰੇ ਵਾਲੇ ਦੀ ਵੇਲ ਪੰਜ ਸੌ ਦਾ ਬਕਾਇਆ ਜਿੱਦਾਂ ਇਹ ਕਹਿੰਦੇ ਨਾ ਉਹਦਾ ਕਟਿੰਗ ਕਰ ਦੇ ਇਹਨਾਂ ਦੀ ਬਾਕੀ ਸ਼ਾਮੀ ਇਹਨਾਂ ਨੂੰ ਆਪ ਹੀ ਪੁੱਛ ਲੂੰਗਾ ਫਿਰ ਮੈਂ ਹਾਦੀ ਮੁਹੰਮਦ ਅਤੇ ਸਾਇਮ ਕਟਿੰਗ ਕਰਾਉਣ ਗਏ ਹੋਏ ਆ ਉੱਥੇ ਜਾ ਕੇ ਨਾ ਰਾਜਨ ਕਹਿੰਦੇ ਵੀ ਨਾ ਸਾਡੇ ਨਾ ਲੀਕਾਂ ਮਾਰਦੇ ਸਾਈਡਾਂ 'ਤੇ ਉਹਦਾ ਫੋਨ ਆ ਗਿਆ ਮੈਨੂੰ ਕਹਿੰਦਾ ਮੈਂ ਨਿਆਣੇ ਤੇਰੇ ਆਏ ਆ ਅਤੇ ਕਹਿੰਦੇ ਸਾਡੇ ਨਾ ਸਾਈਡਾਂ 'ਤੇ ਲੀਕਾਂ ਮਾਰਦੇ ਮੈਂ ਕਿਹਾ ਜੋ ਇਹ ਕਰਦੇ ਰਹਿਣ ਕਰਦੇ ਨਾ ਸ਼ਾਮੀ ਮੈਂ ਕਿਹਾ ਦੇਖ ਲਊਂਗਾ ਮੈਂ ਆਪੇ ਅਸੀਂ ਚੱਲੇ ਹੁਣ ਪਾਣੀ ਲਾਉਣ ਵਾਸਤੇ ਸਿਰਫ ਚਾਹ ਬਣਦੀ ਪਈ ਚਾਹ ਪੀ ਲਈਏ ਅਤੇ ਚਾਹ ਪੀ ਕੇ ਚੱਲਦੇ ਹਾਂ ਜਿੰਨੀ ਜ਼ਿਆਦਾ ਗਰਮੀ ਹੁੰਦੀ ਹੈ ਨਾ ਚਾਹ ਵੀ ਉਨਾ ਮਜ਼ਾ ਕਰਦੀ ਹੈ ਪਾਣੀ ਪਿਲਾਵਣਾ ਖਾਲੇ ਹੁਣ ਟਾਈਮ ਠੀਕ ਹੈ ਤੁਹਾਡਾ ਹਾਂ ਭਾਈ ਅਮਨ ਖਾਨ ਪਾਣੀ ਮੋੜ ਲਾ ਹਾਂ ਹੋ ਜਾਏਗਾ ਬਸ ਮੋੜ ਲਾ ਤੂੰ ਪੁੱਛੇ ਸੱਤ ਮਿੰਟ ਬਚਾ ਵੀ ਦੇਈਏ ਨਾ ਤੁਹਾਨੂੰ ਸਾਰੇ ਲੱਗ ਚੱਲਦਾ ਪਾਣੀ ਸਾਡਾ ਲੱਗ ਗਿਆ ਬਸ ਠੀਕ ਅਸੀਂ ਭੁੱਲ ਗਏ ਸੀ ਘਰ ਹੀ ਅਤੇ ਵੀਡੀਓ ਸ਼ੀਡੀਓ ਇੱਥੇ ਕੋਈ ਨਹੀਂ ਬਣੀ ਫਿਰ ਚੱਲਦੇ ਹਾਂ ਹੁਣ ਘਰ ਪੱਠੇ ਵੀ ਅਸੀਂ ਵੱਢ ਲਏ ਸਵੇਰ ਵਾਸਤੇ ਆਹ ਪੈ ਸਾਡੇ ਪੱਠੇ ਉਹ ਖੜਾ ਸਾਡਾ ਖਾਦ ਵਾਲਾ ਗੱਟੂ ਉਹ ਤੁਸੀਂ ਦੋਵਾਂ ਕਰਾ ਲਈ ਕਟਿੰਗ ਹਾਂਜੀ ਨਹੀਂ ਵੀਰੇ ਅੱਛਾ ਆਹ ਲੀਕਾਂ ਲਵਾਈਆਂ ਵਾ ਇੱਧਰ ਉਹ ਇੱਧਰ ਆ ਤੇਰੇ ਸ਼ਰਾਰਤਾਂ ਵਾਲੀ ਲਕੀਰਾਂ ਲੱਗੀਆਂ ਹੋਈਆਂ ਤੇਰੇ ਵਾਸਤੇ ਇੱਕ ਹੀ ਆਹੀ ਹੈ ਸਹੀ ਹੈ ਕਟਿੰਗ ਹਾਦੀ ਹੁਣ ਮੇਰੇ ਸ਼ਾਮੀ ਵਾਲ ਕਟਾਇਆ ਨਾ ਸਹੀ ਲੱਗਦੇ ਪਏ ਆ ਅਤੇ ਮੇਰਾ ਆਪਣਾ ਇਰਾਦਾ ਨਾ ਸਾਡਾ ਬਰੀਕ ਕਰਾ ਕੇ ਨਾ ਅਤੇ ਲਹਿਣਾ ਲਵਾ ਲਵਾਂ ਬਾਕੀ ਅਸੀਂ ਬਾਲਣ ਨਾਲ ਚਰਾ ਕੇ ਲਿਆਏ ਹਾਂ ਕੁਰਬਾਨੀ ਵਾਲੀ ਈਦ ਵਾਸਤੇ ਨਾ ਬਾਲਣ ਜਿਹੜਾ ਨਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਗੋਸ਼ਤ ਪਕਾਉਣ ਵਾਸਤੇ ਨਾ ਮੋਟੀਆਂ ਲੱਕੜਾਂ ਹੁਣ ਤਾਂ ਗੋਸ਼ਤ ਪੱਕਦਾ ਵੈਸੇ ਆਮ ਹਾਲਾਤ ਦੇ ਵਿੱਚ ਕਪਾਲ ਛੁੱਟੀਆਂ ਵਗੈਰਾ ਜਾਂ ਹੋਰ ਜਿਹੜਾ ਨਾ ਕੰਮ ਚੱਲਦਾ ਰਹਿੰਦਾ ਪਰ ਈਦ 'ਤੇ ਨਾ ਮੋਟਾ ਬਾਲਣ ਜਿਹੜਾ ਨਾ ਉਹ ਲਾਜ਼ਮੀ ਹੁੰਦਾ ਬਾਕੀ ਸਾਡੀ ਜਿਹੜੀ ਈਦ ਦੀ ਤਿਆਰੀ ਤਿਊਰੀ ਹੁੰਦੀ ਪਈ ਸਾਰੀ ਤੁਸੀਂ ਦੇਖਦੇ ਪਏ ਹਾਂ ਕੱਪੜੇ ਵੀ ਅਸੀਂ ਅੱਜ ਆਪਣੇ ਚੁੱਕ ਲਿਆਏ ਹਾਂ ਅਤੇ ਕੱਲ੍ਹ ਨੂੰ ਸਵੇਰੇ ਰਾਣਾ ਉਮਰ ਵੀ ਆ ਜਾਏਗਾ ਅਤੇ ਸਾਨੂੰ ਦੁਬਾਰਾ ਫਿਰ ਸ਼ਾਇਦ ਸ਼ਹਿਰ ਲੈਣਾ ਪਵੇ ਸਾਡਾ ਅੱਜ ਦਾ ਵਲੋਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਏਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼